ਗੁਰਦਾਸਪੁਰ ਦੀ ਜਿਮਨੀ ਚੋਣ 'ਚ ਕਾਂਗਰਸ ਤੇ ਸੁਨੀਲ ਜਾਖੜ ਦੀ ਜਿੱਤ ਤੋਂ ਬਾਅਦ ਦੀਨਾਨਗਰ ਦੇ ਵਿਧਾਇਕ ਅਤੇ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਖੁਸ਼ੀ ਦਾ ਪ੍ਰਗਟਾਵਾ ਤਾਂ ਕੀਤਾ ਹੀ ਗਿਆ ਹੈ, ਪਰ ਨਾਲ ਹੀ ਅੱਜ ਹਲਕੇ ਅੰਦਰ ਉਹਨਾਂ ਦੀ ਘਟੀ ਲੀਡ ਕਰਕੇ ਉਹਨਾਂ ਦੇ ਚਿਹਰੇ ਉੱਪਰ ਕੁਝ ਮਾਯੂਸੀ ਵੀ ਵੇਖਣ ਨੂੰ ਮਿਲੀ। ਤੁਹਾਨੂੰ ਦੱਸ ਦਈਏ ਕਿ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ 'ਚ ਸੁਨੀਲ ਜਾਖੜ ਨੂੰ 11,887 ਵੋਟਾਂ ਦੀ ਲੀਡ ਮਿਲੀ ਹੈ, ਜੋ ਕਿ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 20,000 ਵੋਟਾਂ ਦੇ ਘੱਟ ਹੈ। ਜਦ ਪੱਤਰਕਾਰਾਂ ਨੇ ਅਰੁਣਾ ਚੌਧਰੀ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਲੋਕਾਂ ਦਾ ਫਤਵਾ ਹੈ ਅਤੇ ਉਹ ਉਸ ਨੂੰ ਪ੍ਰਵਾਨ ਕਰਦੇ ਹਨ। ਬਹੁਤ ਵਧੀਆ ਲੀਡ, ਜਿੱਤ ਤੇ ਹਰ ਇੱਕ ਨੂੰ ਚੰਗੀ ਲੱਗਦੀ ਹੈ। ਇਹਦੇ ਕਈ ਕਾਰਨ ਨੇ, ਕਿਉਂਕਿ ਐਕਸਪੈਕਟ ਕਰ ਰਹੀ ਸੀ ਕਿ ਮੈਂ ਥੋੜ੍ਹਾ ਡਾਊਨ ਜਾਵਾਂਗੇ, ਕਿਉਂਕਿ MLA ਔਰ MP ਦੇ ਇਲੈਕਸ਼ਨ 'ਚ ਕਾਫੀ ਫਰਕ ਹੁੰਦਾ, ਲੇਕਿਨ ਫਿਰ ਵੀ ਮੈਂ ਐਕਸਪੈਕਟ ਕਰ ਰਹੀ ਸੀ ਕਿ 14-15 ਤੱਕ ਆਏਗੀ, ਲੇਕਿਨ ਕੋਈ ਗੱਲ ਨਹੀਂ, ਲੋਕਾਂ ਦਾ ਫਤਵਾ ਸਾਨੂੰ ਮਨਜ਼ੂਰ ਹੈ। ਬਹੁਤ ਅੱਛੀ, ਬਹੁਤ ਵਧੀਆ ਲੀਡ ਨਾਲ ਨਹੀਂ ਲੱਗਦਾ, ਠੀਕ ਹੈ ਕਿ ਜਿਹੜੀਆਂ ਸੀਟਾਂ ਸੀ BJP ਦੀਆਂ ਉਹ ਸਾਰੇ ਜੇ ਤੁਸੀਂ ਐਨਾਲਾਈਜ਼ ਕਰੋ, ਸਾਰਿਆਂ 'ਤੇ ਲੀਡ ਥੋੜ੍ਹੀ ਘਟੀ ਹੈ। ਤੁਸੀਂ ਦੇਖਦੇ ਹੋ ਕਿ ਇੱਕ ਇਹ 1-sided ਇਲੈਕਸ਼ਨ ਸੀਗਾ, ਕਿਉਂਕਿ ਬਿਲਕੁਲ ਬਹੁਤ ਜ਼ਿਆਦਾ ਇਹਦੇ 'ਤੇ ਹੋਇਆ ਨੋਟਬੰਦੀ, ਔਰ ਜੋ ਸਰਕਾਰ ਦੀਆਂ ਪੋਲਿਸੀਆਂ, ਮੋਦੀ ਸਰਕਾਰ ਦੀਆਂ ਪੋਲਿਸੀਆਂ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਿਆ, ਔਰ ਗਰੀਬ ਆਦਮੀ ਨੂੰ ਜਿਹੜੀ ਮਾਰ ਪਈ ਹੈ, ਛੋਟੇ ਦੁਕਾਨਦਾਰ ਦੀ, ਛੋਟੇ ਵਪਾਰੀ ਨੂੰ ਜਿਹੜੀ ਮਾਰ ਪਈ ਹੈ, ਉਹਦੇ ਅਗੇਂਸਟ ਇਹ ਫਤਵਾ ਹੈ। ਮੋਦੀ ਸਰਕਾਰ ਦੀ ਹੁਣ ਜਿਹੜੀ 2019 'ਚ ਇਲੈਕਸ਼ਨ ਆਉਣ ਵਾਲੀ ਹੈ, ਇਹ ਪਹਿਲੀ ਇੱਟ ਜਿਹੜੀ ਹੈ ਗੁਰਦਾਸਪੁਰੀਆਂ ਨੇ ਰੱਖ ਦਿੱਤੀ ਹੈ। ਦੀਨਾਨਗਰ ਤੋਂ ਡਾਕਟਰ ਰਮੇਸ਼ ਦੀ ਰਿਪੋਰਟ, ਪੰਜਾਬ ਟੂਡੇ।